ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਲੱਕੀ ਨਾਲ। ਅਤੇ ਬਹੁਤ ਬਹੁਤ ਸੌਰੀ ਜੀ ਲਾਸਟ ਵੀਡੀਓ ਲਈ। ਲਾਸਟ ਵੀਡੀਓ 'ਚ ਆਵਾਜ਼ ਨਹੀਂ ਵਧੀਆ ਆਈ, ਹਵਾ ਬਹੁਤ ਚੱਲਦੀ ਸੀ ਅਤੇ ਮੈਂ ਮੇਰੇ ਕੋਲ ਹੈੱਡਫੋਨ ਵੀ ਨਹੀਂ ਸੀਗੇ। ਅਤੇ ਅੱਜ ਤੁਹਾਨੂੰ ਲੈ ਕੇ ਜਾ ਰਿਹਾ ਵਾਈਲਡ ਬਿਲੋ ਵਾਈਲਡ ਲਾਈਫ ਬੈਂਕ ਵਿੱਚ। ਇੱਥੇ ਇੱਕ ਤਰ੍ਹਾਂ ਦਾ ਜੂ ਆ, ਆਪਣੇ ਕ੍ਰਾਈਸਟਚਰਚ ਵਿੱਚ ਦੋ ਜੂ ਨੇ, ਇੱਕ ਓਰੀਨਾ ਪਾਰਕ ਅਤੇ ਇੱਕ ਵਾਈਲਡ ਵਿਲੋ ਬੈਂਕ। ਦੋਨੇ ਡਿਫਰੈਂਟ ਡਿਫਰੈਂਟ ਨੇ, ਉੱਧਰ ਵੱਡੇ ਜਾਨਵਰ ਨੇ ਲਾਈਕ ਸ਼ੇਰ ਵਗੈਰਾ, ਗਰੀਲਾ, ਓਰੈਂਗੇਟੈਨ, ਜਿਰਾਫ ਵਗੈਰਾ ਅਤੇ ਪੰਛੀ ਵੀ ਆ ਉੱਧਰ, ਪਰ ਇੱਧਰ ਛੋਟੇ ਹੀ ਨੇਗੇ, ਜਿਵੇਂ ਇਕੱਲੇ ਬਰਡ ਵਗੈਰਾ ਨੇ, ਛੋਟੇ ਜਾਨਵਰ ਅਤੇ ਛੋਟੇ ਪੰਛੀ ਹੀ ਨੇਗੇ। ਅਤੇ ਇਹਦੀ ਤਕਰੀਬਨ ਟਿਕਟ ਹੈਗੀ ਹੈਗੀ $30-35, ਪਰ ਜੇ ਤੁਸੀਂ ਕਲੱਬ ਕਾਰਡ ਬਣਾਇਆ ਤਾਂ $70 ਆ ਸਾਲ ਦੇ, ਜਿੰਨੇ ਬੇਰ ਮਰਜ਼ੀ ਆਓ ਜਿੰਨੇ ਬੇਰ ਮਰਜ਼ੀ ਜਾਓ ਇੱਕ ਜਾਣੇ ਦੇ। ਅਤੇ ਆਪਣੇ ਨੌਰਥਲੈਂਡ ਨੌਰਥਵੁੱਡ ਵਿੱਚ ਹੀ ਆਉਂਦਾ ਗਾ, ਇਹ ਸਿਟੀ ਦੇ ਵਿੱਚ ਹੀ ਆ। ਜਿਹੜਾ ਓਰੀਨਾ ਪਾਰਕ ਆ ਉਹ ਉੱਧਰ ਏਅਰਪੋਰਟ ਦੇ ਕੋਲ ਆ, ਉਹ ਥੋੜ੍ਹਾ ਜਿਹਾ ਸਿਟੀ ਤੋਂ ਦੂਰ ਆਗਾ। ਅਤੇ ਚਲੋ ਅੰਦਰ ਚੱਲਦੇ ਹਾਂ, ਤੁਹਾਨੂੰ ਜਾਨਵਰ ਵਗੈਰਾ ਦਿਖਾਉਣੇ ਆ, ਪੰਛੀ ਵਗੈਰਾ ਦਿਖਾਉਣੇ ਆ, ਇੱਥੇ ਕੀ ਆ ਕਿੱਦਾਂ ਦਾ ਸਿਸਟਮ ਆ। ਅਤੇ ਅੰਦਰ ਕੈਫੇ ਵਗੈਰਾ ਵੀ ਹੈਗਾ ਚਾਹ ਪਾਣੀ ਪੀਣ ਲਈ, ਪਹਿਲਾਂ ਪੀ ਕੇ ਜਾਓ ਚਾਹੇ ਆ ਕੇ ਪੀ ਲਓ, ਇਹ ਤੁਹਾਡੀ ਮਰਜ਼ੀ ਆ। ਓਕੇ ਜੀ, ਚਲੋ ਚੱਲਦੇ ਹਾਂ ਅੰਦਰ। ਐਂਟਰੀ ਹੈ ਇੱਥੋਂ ਦੀ ਜੀ। ਹਾਂਜੀ, ਇੱਥੇ ਪਾਰਕਿੰਗ ਵਧੀਆ, ਇੱਥੇ ਕਾਫੀ ਪਾਰਕਿੰਗ ਹੈਗੀ, ਈਜ਼ੀਲੀ ਮਿਲ ਜਾਂਦੀ ਹੈ। ਅਤੇ ਮਾਸਕ ਜ਼ਰੂਰੀ ਆ ਐਂਟਰੀ 'ਤੇ। ਅੰਦਰ ਮੇ ਵੀ ਚੱਲ ਜਾਣਾ, ਅੰਦਰ ਲਾ ਸਕਦੇ ਹਾਂ ਜੇ ਆਪਾਂ ਦੂਜੇ ਲੋਕਾਂ ਤੋਂ ਦੂਰ ਫਿਰ ਰਹੇ ਹਾਂਗੇ। ਜੇ ਨਾਲ ਨਾਲ ਫਿਰ ਰਹੇ ਹਾਂ ਫਿਰ ਮੈਨੂੰ ਲੱਗਦਾ ਲਾਉਣਾ ਪੈਣਾ ਗਾ ਅੰਦਰ ਮਾਸਕ। ਹਾਂਜੀ, ਇੱਥੇ ਫੂਡ ਵਗੈਰਾ ਤੁਸੀਂ ਲੈ ਸਕਦੇ ਹੋ, ਜਾਨਵਰਾਂ ਦਾ ਅਲੱਗ ਅਲੱਗ ਫੂਡ ਹੈਗਾ, ਪੈਸੇ ਲੱਗਦੇ ਆ ਕਿ ਲਓ ਅਤੇ ਉਹਨਾਂ ਨੂੰ ਖਵਾ ਸਕਦੇ। ਇਹਨਾਂ ਨੂੰ ਜੀ ਖੈਮਾ ਈਲ ਕਹਿੰਦੇ ਆ, ਇਹ ਤਕਰੀਬਨ ਮੋਰ ਦੈਨ 1 ਮੀਟਰ ਵੀ ਲੰਬੀਆਂ ਹੁੰਦੀਆਂ ਨੇ। ਇੱਥੇ ਇਹਨਾਂ ਨੂੰ ਚਮਚੇ ਲਾਏ ਗਏ, ਇੱਥੋਂ ਫੂਡ ਖਵਾ ਸਕਦੇ ਆ। ਬੜੀ ਸੋਹਣੀ ਵੌਕ ਆ ਜੀ ਇੱਥੇ, ਨਾਲ ਦੀ ਨਾਲ ਇੱਧਰ ਪੌਂਡ ਬਣੇ ਨੇ ਜਿੱਥੇ ਬੱਤਖਾਂ ਅਤੇ ਹੋਰ ਜਾਨਵਰ ਇਹ ਖੁੱਲ੍ਹੇ ਖੁੱਲ੍ਹੇ ਰਹਿੰਦੇ ਆ ਇੱਥੇ, ਇਹਨਾਂ ਨੂੰ ਕੋਈ ਨੈੱਟ ਨੁੱਟ ਨਹੀਂ, ਇਹ ਆਪਣੀ ਮਰਜ਼ੀ ਨਾਲ ਆ ਜਾ ਸਕਦੇ ਆ। ਵੈਸੇ ਇੱਥੇ ਹੀ ਜ਼ਿਆਦਾ ਰਹਿੰਦੇ ਆ ਕਿਉਂਕਿ ਫੂਡ ਮਿਲਦਾ। ਹੈਲੋ ਜੀ, ਚਿੱਟੀਆਂ ਬੱਤਾਂ ਦੀਆਂ ਜੋੜੀਆਂ, ਇਹਨਾਂ ਨੂੰ ਵਕਤ ਹੀ ਕਹਿੰਦੇ ਆ, ਕੀ ਕਹਿੰਦੇ ਇਹਨਾਂ ਨੂੰ? ਨਹੀਂ, ਇਹ ਹੰਸ ਦੂਜੇ ਆ, ਹੰਸ ਉੱਧਰ ਨੇਗੇ, ਉਹ ਇਹ ਦੁਵੱਡੇ ਹੁੰਦੇ ਆ ਹੰਸ। ਇਹਨਾਂ ਦੀ ਸਭ ਤੋਂ ਵਧੀਆ ਗੱਲ ਇਹ ਆ ਵੀ ਇਹ ਇੱਥੇ ਖੁੱਲ੍ਹੇ ਛੱਡੇ ਹੋਏ ਆ, ਫ੍ਰੀ ਨੇ। ਇਹ ਹਿਰਨਾਂ ਆ ਗਈਆਂ ਜੀ, ਔਰ ਇਹ ਬੇਬੀ ਨੇ। ਸਾਰੇ ਇੱਥੇ ਇਹਨਾਂ ਨੂੰ ਪੂੜ ਖਵਾ ਰਹੇ ਆ। ਇੱਥੇ ਆਪਣੇ ਆ ਚਿੜੀਆਂ ਬਹੁਤ ਨੇ ਜੀ ਇੰਡੀਆ ਵਾਲੀਆਂ, ਉੱਥੇ ਆਪਣੇ ਤਕਰੀਬਨ ਖਤਮ ਹੁੰਦੀਆਂ ਜਾ ਰਹੀਆਂ। ਜਦੋਂ ਮੈਂ ਉੱਥੇ ਸੀ 6 ਸਾਲ ਪਹਿਲਾਂ ਵੀ ਬਹੁਤ ਘੱਟ ਗਈਆਂ ਸੀ, ਪਰ ਇੱਥੇ ਬਹੁਤ ਜ਼ਿਆਦਾ ਨੇਗੀਆਂ। ਇਹ ਹੈ ਜੀ ਸਵੈਨ, ਇਹ ਕਾਫੀ ਸਾਈਜ਼ ਇਹਦਾ ਵੱਡਾ, ਮੈਨੂੰ ਲੱਗਦਾ ਇਹਨੂੰ ਹੰਸ ਕਹਿੰਦੇ ਆ, ਬਾਕੀ ਪਤਾ ਨਹੀਂ, ਪਰ ਇਹਦਾ ਸਾਈਜ਼ ਬਹੁਤ ਜ਼ਿਆਦਾ ਵੱਡਾ ਹੈਗਾ।
ਤੇ ਉਹ ਤਿੱਤਰ ਫੰਗਾ ਇਹ ਪਤਾ ਨਹੀਂ ਕਿਹੜੀਆਂ ਵਕਤਾਂ ਨੇਗੀਆਂ ਇਹਦੇ ਪਤਾ ਨਹੀਂ ਫਰਜੇ ਖਿਲਰੇ ਹੀ ਰਹਿੰਦੇ ਨੇਗੇ ਇੱਥੇ ਕਈ ਨੇ ਸਾਰੀਆਂ ਦੇ ਇੱਦਾਂ ਹੀ ਜਿਵੇਂ ਘਸਮੈਲੀਆਂ ਜਿਹੀਆਂ ਹੋਈਆਂ ਹੁੰਦੀਆਂ ਇੱਦਾਂ ਹੀ ਰਹਿੰਦੀਆਂ ਨੇਗੀਆਂ ਆਹ ਲਓ ਜੀ ਕਾਲ ਲੁਕੀ ਜੀ ਬੈਠੀ ਹੈ ਆਹ ਵਾਲੇ ਜੀ ਗੂਸ ਇਹ ਜਿਵੇਂ ਕੇਸੀ ਨਹਾ ਕੇ ਨਹੀਂ ਨਿਕਲੀ ਹੁੰਦੀ ਇਹ ਸਾਰੀਆਂ ਐਵੇਂ ਖਿਲਰੀਆਂ ਹੀ ਰਹਿੰਦੀਆਂ ਨੇਗੀਆਂ Don't be angry. No, no, no. Sorry. Lo ji satar murg. Pata nahi satar murg hai, pata nahi emo. Emo hai sir. Ida kad hega mere jidda takriban. Ida sir 5 foot 10 inch ta uccha hoga ji. ਲੋ ਜੀ ਇਹ ਮੰਗਤੇ ਨਿਊਜ਼ੀਲੈਂਡ ਇਹ ਕਈ ਵਾਰ ਮਗਰ ਹੀ ਪੈ ਜਾਂਦੇ ਆ ਵੀ ਖਾਣ ਨੂੰ ਦਓ ਕੁਛ ਨਵੇਂ ਚੂਚੇ ਮਾਂ ਨਾਲ ਸਜੇ ਆ ਇਹ ਹਜੇ ਤੱਕ ਸਾਰੇ ਜਿੰਨੇ ਵੀ ਪੰਛੀ ਆ ਸਾਰੇ ਖੁੱਲੇ ਹੀ ਆ ਜੀ ਇੱਥੇ ਹੁਣ ਕੁਛ ਕੁ ਇੱਧਰ ਪਿੰਜਰੇ ਦੇ ਰੱਖੇ ਪਏ ਆ ਇਹ ਤੋਤੇ ਵਗੈਰੇ ਨੇਗੇ ਇਹ ਉੱਡ ਜਾਂਦੇ ਆ ਫਿਰ ਇਹ ਰਹਿੰਦੇ ਨੀਗੇ ਇਹਨਾਂ ਵਿੱਚ ਇੱਕ ਚਿੱਟਾ ਜਿਹਾ ਬੋਲਣ ਵਾਲਾ ਤੋਤਾ ਵੀ ਹੈ ਹੈਲੋ ਹੈਲੋ ਕਰਦਾ ਮੈਂ ਲੱਭਦਾ ਜੀ ਮੈਨੂੰ ਦੇਖਦਾ ਹੋਊ ਕਿਸ ਪਾਸੇ ਉਹ ਰੰਗ ਕੀਤਾ ਕਬੂਤਰਾਂ ਨੂੰ ਇੱਥੇ ਆਹ ਚਾਰ ਤਰ੍ਹਾਂ ਦੇ ਤੋਤੇ ਰੱਖੇ ਹੋਏ ਜੀ ਆਹ ਵਾਲਾ ਤੋਤਾ ਇਹ ਨਹੀਂ ਉਹ ਡਿਫਰੈਂਟ ਵਾਲਾ ਜਿਹੜਾ ਬੋਲਦਾ ਆਹ ਬੈਠਾ ਉਹ ਕਾਲਾ ਜਿਹਾ ਤੋਤਾ ਜੀ ਸੁੱਤਾ ਪਿਆ ਵਿਚਾਰਾ ਸਾਨੂੰ ਤੰਗ ਕਰਨਾ ਆਹ ਉਹ ਬੈਠਾ ਉਹਨਾਂ 'ਚ ਇੱਕ ਬੋਲਦਾ ਪਤਾ ਨਹੀਂ ਦੋਨੇ ਉਰਲਾ ਵੱਡੇ ਵਾਲਾ ਬੋਲਦਾ ਸੀ ਨਾ ਲਓ ਜੀ ਇੱਥੇ ਪੁਰਾਣਾ ਰੇਡੀਓ ਮਿਲ ਗਿਆ ਖੇਤਲੀ ਲੈਂਪ ਇੰਨਾ ਛੋਟੀ ਜਿਹੀ ਹੱਟ ਜਿਹਦੇ ਵਿੱਚ ਦੀ ਲੰਘ ਕੇ ਅੱਗੇ ਤੋਤੇ ਦੇਖਣ ਜਾਂਦੇ ਹਾਂ ਮਿਸਤਰੀਆਂ ਦਾ ਸਮਾਨ ਪਿਆ ਜੀ ਗਲੀਆਂ ਗੁਲੀਆਂ ਕੱਢਣ ਵਾਲੇ ਚਾਬੀਆਂ ਆਰੀ ਤਕਰੀਬਨ ਸਾਰਾ ਪੁਰਾਣਾ ਸਮਾਨ ਹੀ ਹੈਗਾ ਆਹ ਪਤਾ ਹੀ ਨਹੀਂ ਇਹਨਾਂ ਨੇ ਕੀ ਪੁਰਾਣੀ ਕੰਪੈਨ ਜੀ ਰੱਖੀ ਹੋਈ ਆ ਜੀ ਯੂਜਲੀ ਇੱਥੇ ਨਾ ਕੰਗਾਰੂ ਹੁੰਦੇ ਛੋਟੇ ਜਿਹੇ ਉਹ ਬੈਠਾ ਤੁਹਾਨੂੰ ਦਿਖ ਜੂ ਉਹ ਬੈਠਾ ਕੰਗਾਰੂ ਇਹ ਬੜੇ ਛੋਟੇ ਜਿਹੇ ਆ ਜੀ ਲੱਗਦਾ ਕੁੱਤਿਆਂ ਦੇ ਸਾਇਜ਼ ਕਿਤੇ ਹੋਣਗੇ ਮੈਂ ਜਿੰਨੇ ਵੀਰ ਵੀ ਇੱਥੇ ਆਏ ਮੈਨੂੰ ਕੱਛੂ ਕੋਮੇ ਇੱਦਾਂ ਹੀ ਮਿਲਦੇ ਆ ਇਹੀ ਲੱਕੜ ਦੇ ਇੱਦਾਂ ਹੀ ਬੈਠੇ ਹੁੰਦੇ ਆ ਲਾਈਨ ਬਣਾਈ ਪਤੰਦਰ ਫ੍ਰੀਜ਼ ਹੀ ਹੋ ਜਾਂਦੇ ਆ ਹਿਲਦੇ ਵੀ ਨਹੀਂ ਕਈਆਂ ਦੇ ਤਾਂ ਨਾਮ ਵੀ ਨਹੀਂ ਜਾਣਦੇ ਇੱਥੇ ਜਿਹੜੇ ਪੰਛੀ ਨੇਗੇ ਜੀ ਉਹਨਾਂ ਨਾਂ ਲਿਖੇ ਹੁੰਦੇ ਆ ਇੰਗਲਿਸ਼ 'ਚ ਨੇ ਪੰਜਾਬੀ 'ਚ ਤਾਂ ਪਤਾ ਨਹੀਂ ਇਹਨਾਂ ਨੂੰ ਕੀ ਕਹਿੰਦੇ ਆ ਬੜਾ ਸੋਹਣਾ
ਪੰਛੀ ਹੈ ਲੁੱਕ ਲਾਈਕ ਮੋਰ ਵਾਂਗ ਹੈ ਪਰ ਇਹਦੇ ਬਾਂਤਰ ਦੇਖ ਕੇ ਹੀ ਲੱਗਦਾ ਵੀ ਇਹ ਤੇਜ਼ ਬਹੁਤ ਆ ਆਹ ਮਿਲ ਗਏ ਜੀ ਇੱਧਰ ਦੂਜੇ ਪਾਸੇ ਕੰਗਾਰੂ ਬੈਠੇ ਸੀਗੇ ਬੇਚਾਰੇ ਸੁਸਤ ਨੇ ਇਹ ਬਖਤਾਂ ਹੋਈਆਂ ਕਬੂਤਰ ਹੋਏ ਚਿੜੀਆਂ ਹੋਈਆਂ ਇਹ ਤਕਰੀਬਨ ਤੁਹਾਨੂੰ ਸਾਰੇ ਪਾਸੇ ਮਿਲ ਜਾਣਗੇ ਇੱਥੇ ਜਿੱਥੇ ਵੀ ਜਾਓਗੇ ਹਲੋ ਇੱਥੇ ਉਹ ਕਰਨਾ ਔਜਲੇ ਦੇ ਗਾਣੇ 'ਚ ਬਾਂਦਰ ਨਹੀਂ ਸੀ ਜਿਹੜਾ ਉਹ ਨੇ ਗਏ ਇੱਥੇ ਤਿੰਕੋ ਸਟਾਫ ਦਾ ਮੈਂਬਰ ਫਿਰਦਾ ਕਲੀਨਿੰਗ ਕਰਦਾ ਇਹਨੂੰ ਕਹਿੰਦੇ ਆ ਜੀ ਬਲੈਕ ਕੈਪਡ ਕਿਪਚਨ ਇਹਨਾਂ ਵਾਸਤੇ ਜ਼ਰੂਰ ਅੱਡ ਬਣਾਇਆ ਵਾ ਵੀ ਇੱਥੋਂ ਭੱਜ ਨਾ ਜਾਣ ਪਾਣੀ ਆ ਸੈਂਟਰ 'ਚ ਪਾਣੀ 'ਚ ਨਹੀਂ ਆਉਂਦੇ ਇਹ ਇਹ ਪਤਾ ਨਹੀਂ ਕਿਹੜੇ ਚੂਹੇ ਟਾਈਪ ਜਾਨਵਰ ਨੇ ਜੀ ਇਹ ਵੈਸੇ ਇਹਨਾਂ ਦੀਆਂ ਵੀਡੀਓ ਮੈਂ ਪਹਿਲਾਂ ਵੀ ਦੇਖੀਆਂ ਨੇ ਬੜੇ ਚੁਸਤ ਫੁਰਤ ਹੁੰਦੇ ਆ ਇਹ ਬੜੇ ਐਕਟਿਵ ਹੁੰਦੇ ਆ ਜਿਵੇਂ ਨਿਓਲਾ ਹੁੰਦਾ ਉਹ ਟਾਈਪ ਜੀ ਨਹੀਂ ਅਤੇ ਕਹਿੰਦੇ ਇਹ ਇਹਨਾਂ ਦਾ ਟੈਂਪਰੇਚਰ ਬਹੁਤ ਜਲਦੀ ਹਾਈ ਹੋ ਜਾਂਦਾ ਇਹਨਾਂ ਨੂੰ ਪਾਣੀ 'ਚ ਜਾਣਾ ਪੈਂਦਾ ਜਦੋਂ ਇਹ ਕੋਈ ਐਕਟੀਵਿਟੀ ਕਰ ਰਹੇ ਹੁੰਦੇ ਆ ਅਤੇ ਟੈਂਪਰੇਚਰ ਠੰਡਾ ਹੋਣ ਕਰਨ ਲਈ ਪ੍ਰੈਕਟਿਸ ਚੱਲ ਰਹੀ ਹੈ ਪ੍ਰੈਕਟਿਸ ਲੜ ਨਹੀਂ ਰਹੇ ਆਹ ਇੱਧਰ ਬੈਠਾ ਜੀ ਇਹਨੂੰ ਫਿਰ ਕਿੱਪੇ ਬਾਰਾ ਕਹਿੰਦੇ ਹੈਗੇ ਇਹ ਵੀ ਚਾਹ ਚੂਹਾ ਜਿਹਾ ਬਹੁਤ ਵੱਡਾ ਹੁੰਦਾ ਹੈਗਾ ਆਪਣੇ ਤਕਰੀਬਨ ਕੁੱਤੇ ਗੇੜਾ ਤਾਂ ਹੁੰਦਾ ਹੀ ਇਹ ਪਰ ਇਹ ਜ਼ਿਆਦਾਤਰ ਇੱਦਾਂ ਹੀ ਬੈਠੇ ਬੁੱਠੇ 'ਚ ਰਹਿੰਦੇ ਆ ਕੁਛ ਕਰਦੇ ਗੁਰਦੇ ਨਹੀਂ ਇਹਦੀ ਖੂਬਸੂਰਤੀ ਚੱਕਰੋ ਕਦੇ ਕਦੇ ਦੁੱਖ ਵੀ ਲੱਗਦਾ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਪਿੰਜਰਿਆਂ 'ਚ ਰੱਖਿਆ ਇਹ ਯਾਦ ਹੋਣੇ ਚਾਹੀਦੇ ਸੀ ਪਰ ਇਹ ਵੀ ਆ ਵੀ ਇਹਨਾਂ ਦੀ ਇੱਥੇ ਚੰਗੀ ਦੇਖ ਰੇਖ ਹੋ ਜਾਂਦੀ ਆ ਅਤੇ ਖਾਣ ਪੀਣ ਇਹਨਾਂ ਦਾ ਵਧੀਆ ਇੱਥੇ ਚਿੜੀਆਂ ਅੰਦਰ ਬਾਹਰ ਆ ਜਾਂਦੀਆਂ ਇਹਦੇ 'ਚ ਪਰ ਇਹ ਤੋਤੇ ਨਹੀਂ ਨਿਕਲ ਸਕਦੇ ਸੋਰੀ ਉਹ ਜਾਲੀ ਕਰਕੇ ਫੋਕਸ ਦਾ ਚੱਕਰ ਪੈ ਰਿਹਾ ਆਹ ਮੈਨੂੰ ਜਾਨਵਰ ਬਹੁਤ ਖੂਬਸੂਰਤ ਲੱਗਦਾ ਹੁੰਦਾ ਪੰਛੀ ਸੋਰੀ ਜਾਨਵਰ ਨਹੀਂ ਪੰਛੀ ਜਿਹੜਾ ਲਾਲ ਜਿਹਾ ਪਹਿਲਾਂ ਵੀਡੀਓ 'ਚ ਆਇਆ ਉਹ ਵੀ ਮਤਲਬ ਸੇਮ ਪ੍ਰਜਾਤੀ ਦਾ ਹੀ ਆ ਇਹਨਾਂ ਨੂੰ ਕਹਿੰਦੇ ਜੀ ਗੈਬੂਨ ਇੱਕ ਤਰ੍ਹਾਂ ਦੇ ਬਾਂਦਰ ਹੀ ਨੇ ਕੀ ਵਿਚਾਰਿਆਂ ਨੂੰ ਇੱਕ ਗੱਲ ਸੋਚਣ ਵਾਲੀ ਆ ਇਹਨਾਂ ਨੂੰ ਇੱਥੇ ਵਧੀਆ ਫੂਡ ਮਿਲਦਾ ਹੈਲਥ ਚੈੱਕਅਪ ਹੁੰਦਾ
ਸਾਰਾ ਕੁਛ ਰਹਿਣ ਲਈ ਮੀਂਹ ਲਈ ਸਭ ਵਧੀਆ, ਪਰ ਇਹਨਾਂ ਨੂੰ ਆਪਦੀ ਆਜ਼ਾਦੀ ਖੋਣੀ ਪਈ ਇਹਦੇ ਲਈ। ਇਹ ਗੱਲ ਸੋਚਣ ਵਾਲੀ ਹੈ ਵੈਸੇ। ਆ ਇੱਕ ਤਰ੍ਹਾਂ ਦਾ ਪਿੰਡ ਹੀ ਬਣਾਇਆ ਪਿਆ ਇਹਨਾਂ ਨੇ ਇੱਥੇ ਹੀ। ਪਹਿਲਾਂ ਤਾਂ ਸੂਰ ਦੇ ਦਰਸ਼ਨ ਕਰਾਵਾਂ ਚ ਉਹਨੂੰ, ਉੱਚੇ ਮੂੰਹਾਂ ਵਾਲੇ ਸੂਰ ਤਿੰਨ ਚਾਰ ਤਰ੍ਹਾਂ ਦੇ ਸੂਰੀ ਇਹਨਾਂ ਨੂੰ ਕਹਿੰਦੇ ਕੀ ਆ। ਇਹ ਤਾਂ ਪਿੱਗ ਹੀ ਆ, ਪਰ ਇਹਨਾਂ ਦਾ ਨਾਮ ਡਿਫਰੈਂਟ ਹੋਊਗਾ। ਕਬੂਤਰ ਖੂਹ ਆ ਪੁਰਾਣਾ ਤੇ ਗੱਡਾ ਪੁਰਾਣਾ, ਗੱਡਾ ਰੇੜੀ। ਇਹ ਕਿਹੜੇ ਚਾਈਨੀਜ਼ ਸਲੀਕੀ ਚੀਨੇ ਕੁੱਕੜ, ਅੱਖਾਂ ਵੀ ਮੈਨੂੰ ਲੱਗਦਾ ਇਹਨਾਂ ਦੀਆਂ ਮਿਨੀ ਨੇ। ਪੁਰਾਣਾ ਟਾਂਗਾ ਮੈਨੂੰ ਲੱਗਦਾ ਜੀ ਇਹ ਘੋੜੇ ਵਾਲਾ, ਕਿਉਂਕਿ ਇਹਦੇ ਲੋਹੇ ਦੀਆਂ ਚੀਜ਼ਾਂ ਲੱਗੀਆਂ ਹੋਈਆਂ ਮੈਨੂੰ ਲੱਗਦਾ ਗਲਤੋਂ ਦੀ ਪਾਉਣ ਲਈ ਘੋੜੇ ਦੇ। ਅਤੇ ਇੱਧਰ ਇਹਨਾਂ ਨੇ ਗੱਡੀ ਖੜਾਈ ਹੋਈ ਆ 1951 ਬੈਡਫੋਰਡ। ਆ ਪਲਟਾਵੇਂ ਹਲ, ਆਈ ਥਿੰਕ ਇਹ ਵੀ ਜਾਨਵਰ ਨਾਲ ਹੀ ਚੱਲਦੇ ਆ। ਆ ਇਹਨਾਂ ਨੇ ਪੌਦੇ ਪੌਦੇ ਲਾਏ ਹੋਏ ਆ ਜੀ ਇੱਥੇ ਅੰਦਰ ਥੋੜ੍ਹੇ ਮੋਟੇ। ਸਟ੍ਰੋਬਰੀ ਅਤੇ ਆ ਕਿਹੜੇ ਜੈਪਨੀਜ਼ ਕੁੱਕੜ। ਤੋ ਉੱਥੇ ਨਹੀਂ ਰਿਹਾ ਜਾਂਦਾ ਜੀ ਆ ਵੀ ਕੁੱਕੜਾ, ਪਰ ਇਹਨਾਂ ਦਾ ਲੁੱਕ ਲੱਗ ਸੇਮ ਨੇ ਪਰ ਥੋੜ੍ਹੇ ਕਲਰ ਡਿਫਰੈਂਟ ਆ, ਸੋਹਣੇ ਜ਼ਿਆਦਾ ਨੇ ਆਪਣੇ ਇਹਨਾਂ ਨੂੰ। ਟੋਟਾਈਜ਼ ਲੁੱਕ ਲਾਈਕ ਕੈਕਟਸ ਹੀ ਲੱਗਦੇ ਆ। ਹੋਰ ਕਰ ਲਾ ਜੀ, ਇਹਦੀ ਬਹੁਤ ਸੋਹਣੀ ਫੋਟੋ ਖਿੱਚੀ ਆ ਪਹਿਲਾਂ ਮੇਰੀ ਕੈਮਰੇ, ਬੜਾ ਲੰਮਾ ਇਹ ਮੈਨੂੰ ਲੱਗਦਾ ਹੈਗਾ 1 ਮੀਟਰ ਦਾ ਤਾਂ ਹੋਊਗਾ ਇਹ। ਇੱਥੇ ਇਹਨਾਂ ਨੇ ਕੁਛ ਪੁਰਾਣਾ ਸਾਂਭ ਕੇ ਰੱਖਿਆ ਵਾ ਸਮਾਨ, ਲਹਾਰਾਂ ਦਾ ਕੰਮ ਕਰਦੇ ਸੀ ਜੋ ਵੀ, ਚੈਨ ਕੁੱਪੀਆਂ ਆਏ ਸੀ ਉਹਦਾ ਜਾਨਵਰਾਂ ਨੂੰ ਲਾਇਆ ਵਾ। ਆ ਇੱਥੇ ਬੱਚੇ ਰੱਖੇ ਜਾਂਦੇ ਆ ਨਰਸਰੀ, ਇਹਨਾਂ ਦੇ ਅੱਡ ਅੱਡ ਸੈਕਸ਼ਨ ਆ, ਅੱਡ ਅੱਡ ਉਮਰ ਦੇ ਹਿਸਾਬ ਨਾਲ ਅੱਡ ਅੱਡ ਬਕਸਿਆਂ 'ਚ ਰੱਖੇ ਜਾਂਦੇ ਆ। ਆ ਉਹ ਚਾਈਨੀਜ਼ ਕੁੱਕੜ ਦੇ ਬੱਚੇ ਨੇ। ਆ ਇੱਧਰ ਪੁਰਾਣਾ ਗੱਡਾ ਟਾਂਗਾ, ਇਹ ਛੋਟਾ ਘੋੜਾ ਵੱਡਾ ਘੋੜਾ, ਸ਼ੀ ਇਜ਼ ਬਿਊਟੀਫੁਲ। ਇਹ ਵਿਚਾਰ ਦੇ ਅੱਖਾਂ ਦੇ ਵਾਲ ਹੀ ਰਹਿੰਦੇ ਆ ਹਰ ਵਕਤ। ਜਿਨ੍ਹਾਂ ਵੀਰਾਂ ਨੇ ਉਹ ਪਾਕਿਸਤਾਨੀ ਭਰਾ ਦੀ ਵੀਡੀਓ ਦੇਖੀ ਆ ਮਸੇਰਾਂ ਵਾਲੇ ਦੀ, ਮਸੇਰਾਂ ਵਾਲਾ ਟਰੈਕਟਰ, ਉੱਦਾਂ ਦਾ ਇੱਥੇ ਵੀ ਅਸੀਂ ਦਿਖਾਉਂਦੇ ਹਾਂ। ਇਹ ਤਾਂ ਟਾਇਰ ਵੀ ਵਿਚਾਰੇ ਦੂਜੇ ਨੇ, ਕਹਿੰਦੇ ਜੀ ਇਹ ਤਾਂ ਜਿਹੜਾ ਮਰਜ਼ੀ ਟਾਇਰ ਚੜ੍ਹਾ ਦਿਓ ਕੋਈ ਮਰਜ਼ੀ ਸਾਈਜ਼ ਹੋਵੇ। ਕਹਿੰਦਾ ਇਹਦੀ ਲਿਫਟ ਉੱਠ ਜੇ ਤਾਂ ਥੱਲੇ ਨਹੀਂ ਆਉਂਦੀ, ਥੱਲੇ ਵਗ ਜੇ ਤਾਂ ਉੱਠਦੀ ਨਹੀਂ। ਅਤੇ ਪੰਪ ਕਹਿੰਦਾ ਤਾਂ ਇੱਕ ਵਾਰੀ ਕਰਾਉਣਾ ਪਿਆ ਸੀਗਾ,
क्योंकि कहते जोर वाला मारन लग गया ट्रैक्टर। कदे देख के देखो भरा की वीडियो बड़ी सोहनी है। पुराने छोटे जे हल ने मैं लगता भी स्पैशल कुकड़ ही लगते हैं मैनू सगल सूरत बच कर चिट्टा मोर मोर नहीं है मैं लगता आ भी कुकड़ी है जी। इतने घटो घट 15 तरह के तो कुकड़ ने इन्होंने को भी कुकड़ी है। बस बस डौकी डौकी गदा ये बेचारे ने जिम्मे मर्जी हाथ ला लो ये कुछ नहीं कहता होंगे ओल दा तां गावा भी रखी ने गावा पर डिफरेंट ने गे कद बहुत छोटा इन्हों का निके निकी जी गावा ने वो इन्हों बेबी भी है ना इतने इन्होंने पुराने ट्रैक्टर भी रंग रुंग करा के रखे हुए जी। पूरे सजाए हुए आ घा कटने वाली मशीन आ लाइक बुलडोजर है मिट्टी धक्न वाला छोटे साइज का उत्ते बह के इधर फिर अगे ट्रैक्टर या ट्रैक वाला ट्रैक्टर थले ट्रैक ने व्हील नहीं है वर्कशॉप जी लामा बड़िया भेड़ा भेड़ा लामा कहते हैं इन्हों गर्दन लम्मी होंगी इन्हों की अपना कहड़ा कहते हैं भेड़ा च बोग इन्हों अलपाका कहते हैं जी सॉरी लामा लैमा नहीं ओ हो ओ हाँ ये लैमा ने अलपाका अलपाका डिफरेंट ने गे वो उधर अंदर फिर ये लैमा ही ने यह दाड़ी वाले बोक ये भेड़ा का बाड़ा वो सारे घर जे इन्हों के रहने वाले ही है भेड़ा के रहने वाले खरगोश रखे जी अंदर ये भी 2-3 तरह के है इतने आह सारा इतने तीन फूड फाट बह के खा सकते हो आराम कर सकते हो इतने आइसक्रीम वगैरह की दुकान वगैरह भी है तो होर माड़ा मोटा नैक्स खाना जी उतों पर अपने खाने वाला नहीं है इतने दुध पी रहे जी बच्चे काइंड ऑफ हट है जी पैन की जगह ये वैसे उदा मॉडल बनाया वा चक्की का जी पानी नाल घुमदा हुंदा जां तां बिजली पैदा करन लई जां अपने आटा उटा पीन लई नहीं वरत दिंदे ये हट्टां ने जी मॉरी कल्चर दियां जिहड़े इत्थों दे पहलां दे बसनीक सी जिहड़े इत्थे इत्थों दे असली ने गोरे बाद च आए ने पर जिहड़े इत्थों दे असली आ उह पुराने कल्चर च उहनां दे इदां दे घरां च रहिंदे हुंदे सी उह छोटे घर ते आ इन्हां दे सिंबल ही नेगे इदां दे सिंबल मॉरी कल्चर ते इदां दे सिंबल हर पासे मिल जाणगे तुहानूं एक काइंड ऑफ हट ही है जी देख लो अगले ने किताबां रखियां इत्थे पर ये एज ए मॉडल रखियां ने क्योंकि वह बच्ची डंडा लंघाया कि चाके ना भजे भांडे सिंक डब्बे डब्बे सब तकरीबन ज्यादातर इन्होंने रखे इतने इदू अगे आप कीवी किया मिलना जी किया मेरा सब तो फेवरेट फेवरेट तोता
ਬਹੁਤ ਫਰੈਂਡਲੀ ਆ ਇਹ। ਆਓ ਜੀ ਤੁਹਾਨੂੰ ਬੁਲਾਉਣੇ ਆ, ਕੀ ਕਹਿੰਦਾ ਗਾ। ਇਹ ਇਹੋ ਜਿਹਾ ਤੋਤਾ ਪਹਿਲਾ ਜਿਹੜਾ ਪਹਾੜਾਂ ਦੇ ਉੱਤੇ ਰਹਿੰਦਾ ਗਾ। ਉੱਧਰ ਮੈਂ ਵੀ ਜੇ ਤੁਸੀਂ ਦੇਖ ਸਕਦੇ ਮੋਢੇ 'ਤੇ ਬੈਠਾ ਉਹ ਬੰਦੇ ਦੀ, ਇਹ ਜ਼ਿਆਦਾ ਫਰੈਂਡਲੀ ਆ, ਡਰਦੇ ਡੁਰਦੇ ਨਹੀਂ, ਪਰ ਇਹਨਾਂ ਦੀ ਦੰਦੀ ਇੰਨੀ ਭੈੜੀ ਹੁੰਦੀ ਹੈ ਜੇ ਵੱਢ ਲਵੇ। ਇਹ ਆਲਵੇਜ ਪ੍ਰੈਨ 'ਤੇ ਬਹਿ ਕੇ ਇਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ। ਇਹਨੇ ਚੁੰਝ ਬੜੀ ਤਿੱਖੀ ਹੈ ਜੀ। ਇਹਨਾਂ ਦੇ ਤੁਸੀਂ ਪਰਾਂ ਥੱਲੋ ਦੇਖੋ ਨਾ, ਲਾਲ ਪਰਾਂ ਦੇ ਥੱਲੋ। ਕਮਾਨ 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 ਇਹ ਤੋਤੇ ਇੰਨੇ ਕੁ ਇੰਟੈਲੀਜੈਂਟ ਆ ਜੀ। ਲਾਸਟ ਟਾਈਮ ਜਦੋਂ ਮੈਂ ਅਰੀਨਾ ਪਾਰਕ ਗਿਆ ਸੀ ਅਤੇ ਇਹਨੇ ਚੱਕ ਕੇ ਨਾ ਅਖਰੋਟ ਮੇਰੇ ਕੋਲ ਕਰਤਾ ਵੀ ਭੰਨ ਕੇ ਦੇ ਮੈਨੂੰ, ਅਤੇ ਫਿਰ ਭੰਨ ਕੇ ਜਦੋਂ ਦਿੱਤਾ ਚੱਕ ਕੇ ਭੱਜ ਗਿਆ ਅਤੇ ਖਾਣ ਲੱਗ ਗਿਆ ਨਾਲ ਦੀ ਨਾਲ। ਪਹਿਲਾਂ ਮੈਨੂੰ ਲੱਗਿਆ ਮੇਰੇ ਨਾਲ ਪਲੇ ਕਰ ਰਿਹਾ ਉਹ ਅਖਰੋਟ ਨਾਲ, ਪਰ ਜਦ ਬਾਅਦ 'ਚੋਂ ਭੰਨ ਕੇ ਦਿੱਤਾ ਤਾਂ ਫਿਰ ਪਤਾ ਲੱਗਿਆ। Why? Oh my god. It's too here. What's it again? ਇਹ ਤਾਂ ਮੋਨ ਥ੍ਰੀ ਕੇ ਇੱਕ ਇਹਨਾਂ ਕੋਲ ਪੀਟਰ ਆ, ਪੀਟਰ ਉਹਦੀ ਚੁੰਝ ਟੁੱਟੀ ਆ, ਉਹ ਵਿਚਾਰਾ ਹੈ ਨਹੀਂ ਇੱਥੇ। ਇਹਦੀ ਚੁੰਝ ਟੁੱਟੀ ਦੀ ਆ, ਇਹ ਜਾਂਦਿਆਂ ਜਾਂਦਿਆਂ ਨੇ ਸਾਨੂੰ ਦੇਖ ਹੀ ਗਿਆ। ਇੱਥੇ ਅੰਦਰ ਕੀਵੀ ਰਹਿੰਦੇ ਆ ਜੀ, ਪਰ ਅਸੀਂ ਕੀਵੀ ਦੇਖਣ ਨਹੀਂ ਜਾਣਾ। ਪਹਿਲੀ ਗੱਲ ਤਾਂ ਉਸ ਅੰਦਰ ਆਪਾਂ ਫੋਨ ਯੂਜ਼ ਨਹੀਂ ਕਰ ਸਕਦੇ, ਲਾਈਟ ਨਹੀਂ ਜਗਾ ਸਕਦੇ, ਉਹ ਬਿਲਕੁਲ ਹਨੇਰੇ ਦੇ ਵਿੱਚ ਰਹਿੰਦੇ ਨੇ। ਅਤੇ ਮੈਂ ਇੱਥੇ 4 ਸਾਲ ਬਾਅਦ ਕੀਵੀ ਦੇਖਿਆ ਸੀਗਾ, ਅਤੇ ਇੱਥੇ ਵਾਧੂ ਆਉਂਦੇ ਜਾਂਦੇ ਹੁੰਦੇ ਸੀਗੇ ਜਿੱਥੇ ਵੀ ਕੀਵੀ ਹੁੰਦੇ ਸੀ, ਪਰ 4 ਸਾਲ ਬਾਅਦ ਦੇਖਿਆ ਸੀਗਾ। ਅੱਜ ਨੈਨੀ ਕੀ ਜੀ ਗੁਹਾ ਬਣਾਈ ਹੈ ਇੱਥੇ। ਲਓ ਜੀ, ਵਰਲਡ ਬਿਲੋ ਪਿੰਕ ਦਾ ਸਫ਼ਰ ਇੱਥੇ ਖਤਮ ਹੁੰਦਾ, ਵਾਪਸ ਆ ਗਏ ਹਾਂ ਅਤੇ ਫਿਰ ਮਿਲਦੇ ਹਾਂ ਤੁਹਾਨੂੰ ਕਿਤੇ। ਇੱਥੇ ਦੁਕਾਨ ਵੀ ਹੈ, ਤੁਸੀਂ ਸਮਾਨ ਲੈ ਸਕਦੇ ਹੋ ਕੋਈ, ਪਰ ਮਹਿੰਗਾ ਬਹੁਤ ਹੁੰਦਾ। ਓਕੇ ਜੀ, ਬਾਏ ਬਾਏ, ਸਤਿ ਸ਼੍ਰੀ ਅਕਾਲ। ਸਫ਼ਰ ਇੱਥੇ ਖਤਮ ਹੁੰਦਾ ਵਰਲਡ ਬਿਲੋ ਦਾ, ਤੁਹਾਨੂੰ ਫਿਰ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ।